ਪਹਿਲੀ ਗੱਲ ਤਾਂ ਇਹ ਆ ਵੀ ਸਾਡੀ ਜਿਹੜੀ ਗੱਡੀ ਹੈ ਉਹ ਚੰਡੀਗੜ੍ਹ ਤੋਂ ਚੱਲ ਕੇ ਹਿਸਾਰ ਜਾਣੀ ਸੀ 10 ਤਰੀਕ ਨੂੰ। ਇਹ ਗੱਡੀ ਹੈ ਜਿਹੜੀ ਐਕਸੀਡੈਂਟ ਹੋਈ ਸੀ ਉਹ ਇੱਧਰੋਂ ਟਿੱਪਰ ਜਾ ਰਿਹਾ ਸੀਗਾ, ਰੋਂਗ ਸਾਈਡ ਜਾ ਕੇ ਟਿੱਪਰ ਲੱਗਿਆ, ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਆ ਅਤੇ ਡਰਾਈਵਰ ਵੀ ਲਗਭਗ 4-5 ਦਿਨ ਹਸਪਤਾਲ 'ਚ ਐਡਮਿਟ ਰਿਹਾ। ਪਰ ਪ੍ਰਸ਼ਾਸਨ ਦੀ ਇੰਨੀ ਨਲੈਕੀ ਹੈ, ਜਾ ਕੇ ਉੱਥੇ MLR ਕੱਢੀ ਹੈ, ਉਹਦੇ ਬਿਆਨ ਲੈ ਕੇ ਆਏ ਨੇ, ਹਾਲੇ ਤੱਕ ਕੋਈ ਪਰਚਾ ਨਹੀਂ ਕਰਿਆ। 10 ਤਰੀਕ ਨੂੰ ਐਕਸੀਡੈਂਟ ਹੋਇਆ ਜੀ, ਅੱਜ 16 ਦਿਨ ਹੋ ਗਏ, ਹਫ਼ਤਾ ਹੋ ਚੁੱਕਿਆ। ਅਸੀਂ ਲਗਭਗ 3 ਤੋਂ 4 ਗੇੜੇ ਥਾਣੇ ਮਾਰੇ, ਪਰ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਇੰਨਾ ਜ਼ਿਆਦਾ ਮਾੜਾ, ਇੰਨਾ ਵਤੀਰਾ ਮਾੜਾ ਕਿ ਉਹ ਸਾਡੀ ਸੁਣਵਾਈ ਨਹੀਂ ਕਰ ਰਹੇ। ਇੱਥੇ ਤੱਕ ਕਿ ਸਾਨੂੰ ਮਾੜਾ ਚੰਗਾ ਬੋਲਿਆ ਗਿਆ, ਕਹਿੰਦੇ ਬੰਦ ਕਰ ਦਿਓ। ਕਿਸਾਨਾਂ ਨੇ ਵੀ ਲਗਭਗ ਕਹਿੰਦੇ 3-4 ਸਾਲ ਤੋਂ ਸੰਭੂ ਬਾਰਡਰ ਬੰਦ ਕਰਕੇ ਕੀ ਲੈ ਲਿਆ ਉਹਨਾਂ ਨੇ, ਤੁਸੀਂ ਬੰਦ ਕਰ ਦਿਓ, ਧਰਨਾ ਲਾ ਲਓ, ਕੀ ਹੋ ਜੂਗਾ। ਜਦਕਿ ਜਿਹੜਾ ਸਾਨੂੰ ਪਤਾ ਲੱਗਿਆ ਉਹ ਟਿੱਪਰ ਉਹ ਕਿਸੇ ਮੰਤਰੀ ਦਾ, ਕਿਸੇ ਲੀਡਰ ਦਾ, ਕਿਸੇ ਰਾਜਨੀਤਿਕ ਨੇਤਾ ਦਾ, ਜਾਣ ਬੁੱਝ ਕੇ ਉਹਦੇ ਕਾਰਵਾਈ ਨਹੀਂ ਕਰ ਰਹੇ। ਪੁਲਿਸ ਪ੍ਰਸ਼ਾਸਨ ਉਹਨਾਂ ਨਾਲ ਮਿਲਿਆ ਹੋਇਆ, ਇਹ ਤਾਂ ਜਿੰਨਾ ਤੱਕ ਉਹਨਾਂ 'ਤੇ ਪਰਚਾ ਨਹੀਂ ਹੁੰਦਾ ਜੀ ਅਸੀਂ ਜਾਮ ਲਾਈ ਰੱਖਾਂਗੇ। ਅੱਜ ਅਸੀਂ ਉਰੇ ਜਾਮ ਲਾਇਆ, ਕੱਲ੍ਹ ਅਸੀਂ ਸਾਰਾ ਪਟਿਆਲਾ ਬੰਦ ਕਰਾਂਗੇ, ਪੂਰਾ ਪੰਜਾਬ ਤੱਕ ਜਾਊਗਾ ਸਾਡਾ ਸੰਘਰਸ਼, ਅਤੇ ਅਸੀਂ ਨਾਲ ਦੀ ਨਾਲ ਜਿਹੜਾ SHO ਇਹਨੂੰ ਬਦਲਣ ਦੀ ਮੰਗ ਰੱਖਾਂਗੇ। ਇਹਦਾ ਰਵੱਈਆ ਬਹੁਤ ਗਲਤ ਹੈ ਜੀ। ਜਥੇਬੰਦੀ ਤੌਰ 'ਤੇ ਅਸੀਂ ਗਏ ਹਾਂ, ਸਾਨੂੰ ਬਹੁਤ ਜ਼ਿਆਦਾ ਉਹਨੇ ਜਲੀਲ ਕੀਤਾ, ਗਲਤ ਬੋਲਿਆ, ਕਹਿੰਦਾ ਤੁਸੀਂ ਬੰਦ ਕਰੋ ਮੈਂ ਪਰਚੇ ਕਰੂੰਗਾ। ਜਗਜੀਤ ਸਿੰਘ ਚੰਡੀਗੜ੍ਹ ਡਿਪੋ ਜੀ, ਚੰਡੀਗੜ੍ਹ ਡਿਪੋ ਤੋਂ ਯੂਨੀਅਨ ਦਾ ਪ੍ਰਧਾਨ ਹੈ ਜੀ। ਸਾਡੀ ਗੱਡੀ ਜਿਹੜੀ ਸੀ ਉਹ ਆਈ ਸੀ ਅਸੀਂ ਉਹਦੇ ਵਾਸਤੇ 6 ਦਿਨ ਇੱਥੇ SHO ਕੋਲ ਆਉਂਦੇ ਹੋ ਗਏ ਸਾਨੂੰ ਚੌਕੀ ਇੰਚਾਰਜ ਕੋਲ, ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਹਰ ਰੋਜ਼ ਸਾਨੂੰ ਆ ਕੇ ਜਦੋਂ ਆਉਂਦੇ ਹਾਂ ਜਲੀਲ ਕਰਕੇ ਮੋੜ ਦਿੱਤਾ ਜਾਂਦਾ ਵੀ ਤੁਹਾਡੇ ਤੋਂ ਮੈਂ ਆਹ ਧਾਰਾ ਲਾ ਕੇ ਪਰਚੇ ਕਰਵਾ ਦੂੰਗਾ, ਬਾਅਦ 'ਚ ਮੈਂ ਇੱਦਾਂ ਕਰ ਦੂੰਗਾ, ਤੁਹਾਡੇ ਡਰਾਈਵਰ ਨੂੰ ਇੱਦਾਂ ਕਰ ਦੂੰਗਾ। ਉਹਦੇ ਕਰਕੇ ਅੱਜ ਫਿਰ ਅਸੀਂ ਜਥੇਬੰਦੀ ਤੌਰ 'ਤੇ ਸਾਰੇ ਜਣੇ ਇਕੱਠੇ ਹੋ ਕੇ ਗਏ ਸੀ ਵੀ ਤੁਸੀਂ ਉਹਨਾਂ ਦੇ ਬੰਦ ਦੇ ਕਾਨੂੰਨਾਂ ਮੁਤਾਬਕ ਜੋ ਟਿੱਪਰ ਵਾਲੇ ਨੇ ਉਹਨਾਂ 'ਤੇ ਕਾਰਵਾਈ ਕਰੋ, ਪਰ ਉਹਨਾਂ ਨੇ ਅੱਜ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਸਾਨੂੰ ਜਲੀਲ ਕਰਕੇ ਮੋੜਿਆ ਗਿਆ ਜੀ। ਜਿੰਨਾ ਤੱਕ ਉਹਨਾਂ 'ਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ, ਜੋ ਬੰਦੀ ਵਿਭਾਗੀ ਕਾਰਵਾਈ ਬਣਦੀ ਆ ਉਹ ਨਹੀਂ ਹੁੰਦੀ, ਉਹਨਾਂ ਤੱਕ ਬੰਦ ਹੀ ਰਹੂਗਾ ਜੀ। ਜੇ ਪਹਿਲੀ ਗੱਲ ਤਾਂ ਇਹ ਆ ਵੀ ਸਾਡੀ ਜਿਹੜੀ ਗੱਡੀ ਹੈ ਉਹ ਚੰਡੀਗੜ੍ਹ ਤੋਂ ਚੱਲ ਕੇ ਹਿਸਾਰ ਜਾਣੀ ਸੀ 10 ਤਰੀਕ ਨੂੰ। ਇਹ ਗੱਡੀ ਹੈ ਜਿਹੜੀ ਐਕਸੀਡੈਂਟ ਹੋਈ ਸੀ ਉਹ ਇੱਧਰੋਂ ਟਿੱਪਰ ਜਾ ਰਿਹਾ ਸੀਗਾ, ਰੋਂਗ ਸਾਈਡ ਜਾ ਕੇ ਟਿੱਪਰ ਲੱਗਿਆ, ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਆ ਅਤੇ ਡਰਾਈਵਰ ਵੀ ਲਗਭਗ 4-5 ਦਿਨ ਹਸਪਤਾਲ 'ਚ ਐਡਮਿਟ ਰਿਹਾ। ਪਰ ਪ੍ਰਸ਼ਾਸਨ ਦੀ ਇੰਨੀ ਨਲੈਕੀ ਹੈ, ਜਾ ਕੇ ਉੱਥੇ MLR ਕੱਢੀ ਹੈ, ਉਹਦੇ ਬਿਆਨ ਲੈ ਕੇ ਆਏ ਨੇ, ਹਾਲੇ ਤੱਕ ਕੋਈ ਪਰਚਾ ਨਹੀਂ ਕਰਿਆ। 10 ਤਰੀਕ ਨੂੰ ਐਕਸੀਡੈਂਟ ਹੋਇਆ ਜੀ, ਅੱਜ 16 ਦਿਨ ਹੋ ਗਏ, ਹਫ਼ਤਾ ਹੋ ਚੁੱਕਿਆ। ਅਸੀਂ ਲਗਭਗ 3 ਤੋਂ 4 ਗੇੜੇ ਥਾਣੇ ਮਾਰੇ, ਪਰ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਇੰਨਾ ਜ਼ਿਆਦਾ ਮਾੜਾ, ਇੰਨਾ ਵਤੀਰਾ ਮਾੜਾ ਕਿ ਉਹ ਸਾਡੀ ਸੁਣਵਾਈ ਨਹੀਂ ਕਰ ਰਹੇ। ਇੱਥੇ ਤੱਕ ਕਿ ਸਾਨੂੰ ਮਾੜਾ ਚੰਗਾ ਬੋਲਿਆ ਗਿਆ, ਕਹਿੰਦੇ ਬੰਦ ਕਰ ਦਿਓ। ਕਿਸਾਨਾਂ ਨੇ ਵੀ ਲਗਭਗ ਕਹਿੰਦੇ 3-4 ਸਾਲ ਤੋਂ ਸੰਭੂ ਬਾਰਡਰ ਬੰਦ ਕਰਕੇ ਕੀ ਲੈ ਲਿਆ ਉਹਨਾਂ ਨੇ, ਤੁਸੀਂ ਬੰਦ ਕਰ ਦਿਓ, ਧਰਨਾ ਲਾ ਲਓ, ਕੀ ਹੋ ਜੂਗਾ। ਜਦਕਿ ਜਿਹੜਾ ਸਾਨੂੰ ਪਤਾ ਲੱਗਿਆ ਉਹ ਟਿੱਪਰ ਉਹ ਕਿਸੇ ਮੰਤਰੀ ਦਾ, ਕਿਸੇ ਲੀਡਰ ਦਾ, ਕਿਸੇ ਰਾਜਨੀਤਿਕ ਨੇਤਾ ਦਾ, ਜਾਣ ਬੁੱਝ ਕੇ ਉਹਦੇ ਕਾਰਵਾਈ ਨਹੀਂ ਕਰ ਰਹੇ। ਪੁਲਿਸ ਪ੍ਰਸ਼ਾਸਨ ਉਹਨਾਂ ਨਾਲ ਮਿਲਿਆ ਹੋਇਆ, ਇਹ ਤਾਂ ਜਿੰਨਾ ਤੱਕ ਉਹਨਾਂ 'ਤੇ ਪਰਚਾ ਨਹੀਂ ਹੁੰਦਾ ਜੀ ਅਸੀਂ ਜਾਮ ਲਾਈ ਰੱਖਾਂਗੇ। ਅੱਜ ਅਸੀਂ ਉਰੇ ਜਾਮ ਲਾਇਆ, ਕੱਲ੍ਹ ਅਸੀਂ ਸਾਰਾ ਪਟਿਆਲਾ ਬੰਦ ਕਰਾਂਗੇ, ਪੂਰਾ ਪੰਜਾਬ ਤੱਕ ਜਾਊਗਾ ਸਾਡਾ ਸੰਘਰਸ਼, ਅਤੇ ਅਸੀਂ ਨਾਲ ਦੀ ਨਾਲ ਜਿਹੜਾ SHO ਇਹਨੂੰ ਬਦਲਣ ਦੀ ਮੰਗ ਰੱਖਾਂਗੇ। ਇਹਦਾ ਰਵੱਈਆ ਬਹੁਤ ਗਲਤ ਹੈ ਜੀ। ਜਥੇਬੰਦੀ ਤੌਰ 'ਤੇ ਅਸੀਂ ਗਏ ਹਾਂ, ਸਾਨੂੰ ਬਹੁਤ ਜ਼ਿਆਦਾ ਉਹਨੇ ਜਲੀਲ ਕੀਤਾ, ਗਲਤ ਬੋਲਿਆ, ਕਹਿੰਦਾ ਤੁਸੀਂ ਬੰਦ ਕਰੋ ਮੈਂ ਪਰਚੇ ਕਰੂੰਗਾ। ਜਗਜੀਤ ਸਿੰਘ ਚੰਡੀਗੜ੍ਹ ਡਿਪੋ ਜੀ, ਚੰਡੀਗੜ੍ਹ ਡਿਪੋ ਤੋਂ ਯੂਨੀਅਨ ਦਾ ਪ੍ਰਧਾਨ ਹੈ ਜੀ। ਸਾਡੀ ਗੱਡੀ ਜਿਹੜੀ ਸੀ ਉਹ ਆਈ ਸੀ ਅਸੀਂ ਉਹਦੇ ਵਾਸਤੇ 6 ਦਿਨ ਇੱਥੇ SHO ਕੋਲ ਆਉਂਦੇ ਹੋ ਗਏ ਸਾਨੂੰ ਚੌਕੀ ਇੰਚਾਰਜ ਕੋਲ, ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ।
ਹਰ ਰੋਜ਼ ਸਾਨੂੰ ਆ ਕੇ ਜਦੋਂ ਆਉਂਦੇ ਹਾਂ ਜਲੀਲ ਕਰਕੇ ਮੋੜ ਦਿੱਤਾ ਜਾਂਦਾ ਵੀ ਤੁਹਾਡੇ 'ਤੇ ਮੈਂ ਆਹ ਧਾਰਾ ਲਾ ਕੇ ਪਰਚੇ ਕਰਵਾ ਦੂੰਗਾ, ਬਾਅਦ 'ਚ ਮੈਂ ਇੱਦਾਂ ਕਰ ਦੂੰਗਾ, ਤੁਹਾਡੇ ਡਰਾਈਵਰ ਨੂੰ ਇੱਦਾਂ ਕਰ ਦੂੰਗਾ। ਉਹਦੇ ਕਰਕੇ ਅੱਜ ਫਿਰ ਅਸੀਂ ਜਥੇਬੰਦੀ ਤੌਰ 'ਤੇ ਸਾਰੇ ਜਣੇ ਇਕੱਠੇ ਹੋ ਕੇ ਗਏ ਸੀ ਵੀ ਤੁਸੀਂ ਉਹਨਾਂ ਦੇ ਬਣਦੇ ਕਾਨੂੰਨਾਂ ਮੁਤਾਬਕ ਜੋ ਟਿੱਪਰ ਵਾਲੇ ਨੇ ਉਹਨਾਂ 'ਤੇ ਕਾਰਵਾਈ ਕਰੋ, ਪਰ ਉਹਨਾਂ ਨੇ ਅੱਜ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਸਾਨੂੰ ਜਲੀਲ ਕਰਕੇ ਮੋੜਿਆ ਗਿਆ ਜੀ। ਜਿੰਨਾ ਤੱਕ ਉਹਨਾਂ 'ਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ, ਜੋ ਬਣਦੀ ਵਿਭਾਗੀ ਕਾਰਵਾਈ ਬਣਦੀ ਆ ਉਹ ਨਹੀਂ ਹੁੰਦੀ, ਉਹਨਾਂ ਤੱਕ ਬਣਦੀ ਰਹੂਗਾ ਜੀ।